ਡਾਕਟਰ प्रदीप ਕੌੜਾ ਦੀ ਕਹਾਣੀ ਹੈ। ਪੀੜ ਕਾਫੀ देर ਤੋਂ ਟੈਲੀਫੋਨ ਦੀ ਘੰਟੀ ਵੱਜ ਰਹੀ ਸੀ। ਅਖੀਰ ਨਾ ਚਾਹੁੰਦੇ ਹੋਏ ਵੀ ਸ਼ਰਮਾ ਜੀ ਨੇ ਰਿਸਿਵਰ ਚੁੱਕ ਕੇ ਕੰਨ ਨਾਲ ਲਾਉਂਦੇ ਕਿਹਾ ਹੈਲੋ। ਹੈਲੋ ਦਾ ਜਵਾਬ ਦੇਣ ਦੀ ਬਜਾਏ ਅੱਗੋਂ ਪ੍ਰਸ਼ਨ ਹੋਇਆ। ਕੀ ਗੱਲ ਫੋਨ ਚੁੱਕਣ ਚ ਇੰਨੀ ਦੇਰ ਕਿਉਂ ਲਗਾਤੀ? ਦੱਸ ਫੋਨ ਕਿਵੇਂ ਕੀਤਾ? ਸ਼ਰਮਾ ਜੀ ਨੇ ਪਤਨੀ ਦੇ ਪ੍ਰਸ਼ਨ ਦਾ ਜਵਾਬ ਦੇਣ ਦੀ ਥਾਂ ਖਿਜ ਕੇ ਕਿਹਾ ਚਾਹੀ ਜੀ ਦੀ ਤਬੀਅਤ ਕੁਝ ਜ਼ਿਆਦਾ ਹੀ ਵਿਗੜ ਗਈ ਲੱਗਦੀ ਹੈ ਖਿੱਚ ਖਿੱਚ ਕੇ ਲੰਮੇ ਲੰਮੇ ਸਾਹ ਲੈ ਰਹੇ ਨੇ ਮੈਨੂੰ ਤਾਂ ਬੜਾ ਡਰ ਲੱਗੀ ਜਾਂਦਾ ਹੈ ਲੋਕ ਤਾਂ ਪਹਿਲਾਂ ਨਹੀਂ ਖੜਾ ਛੱਡਦੇ ਭਈ ਮੈਂ ਸੱਸ ਸਹੁਰੇ ਦੀ ਸੇਵਾ ਨਹੀਂ ਕਰਦੀ ਤੁਸੀਂ ਛੱਡੋ ਸਾਰੇ ਕੰਮ ਤੇ ਜਲਦੀ ਘਰ ਆ ਜਾਓ ਪਤਨੀ ਕੋਸਾਈ ਸਾਰਾ ਕੁਝ ਕਹਿ ਗਈ ਕੁਝ ਨਹੀਂ ਹੁੰਦਾ ਬੁੜੀ ਨੂੰ ਨਾਲੇ ਅੱਜ ਦਫ਼ਤਰ ਕੰਮ ਬਹੁਤ ਹੈ ਪਰਸੋਂ ਸੰਡੇ ਹੈ ਮੈਂ ਆਪੇ ਦਿਖਾਉਂ ਡਾਕਟਰ ਨੂੰ ਤੂੰ ਆਏ ਘਰ ਸਵੇਰ ਵਾਲੀ ਦਵਾਈ ਇੱਕ ਵਾਰੀ ਫੇਰ ਦੇ ਦੇ ਕੇਕੇ ਸ਼ਰਮਾ ਜੀ ਨੇ ਰিসিਵਰ ਰੱਖਿਆ ਸੀ ਕਿ ਦੂਜਾ ਫੋਨ ਚ ਹੀ ਕੁੱਟਿਆ ਹੈਲੋ ਕਹਿੰਦੇ ਸ਼ਰਮਾ ਜੀ ਦੇ ਮੱਥੇ ਤੇ ਕਈ ਲਕੀਰਾਂ ਉੱਭਰ ਆਈਆਂ ਸ਼ਰਮਾ ਜੀ ਮੈਂ ਸਮੀਰ ਦੇ ਸਕੂਲ ਦੇ ਪ੍ਰਿੰਸੀਪਲ ਬੋਲ ਰਹੀ ਹਾਂ ਅੱਜ ਖੇਲ ਦੇ ਸਮੀਰ ਦੇ ਮੱਥੇ ਤੇ ਥੋੜੀ ਜੀ ਛੱਟ ਵੱਜੀ ਫਿਕਰ ਦੀ ਗੱਲ ਕੋਈ ਨਹੀਂ ਬਿਲਕੁਲ ਠੀਕ ਠਾਕ ਹੈ ਮੈਂ ਸੋਚਿਆ ਤੁਹਾਨੂੰ ਦੱਸ ਦੇਵਾਂ ਕਿਤੇ ਤੁਸੀਂ ਪੱਟੀ ਵੇਖ ਕੇ ਘਬਰਾ ਨਾ ਜਾਓ ਓ ਮਾਈ ਗੋਡ ਛੱਟ ਲੱਗੀ ਕਿਵੇਂ ਮੈਡਮ ਮੈਂ ਸਮੀਰ ਨੂੰ ਵੇਖਣ ਸਕੂਲ ਹੀ ਆ ਰਹੀ ਹਾਂ ਕਾਲੀ ਨਾਲ ਰিসিਵਰ ਰੱਖ ਦੇਈ ਸ਼ਰਮਾ ਜੀ ਨੇ ਟੇਬਲ ਤੋਂ ਆਪਣੀ ਐਨਕ ਚੁੱਕੀ ਤੇ ਦਫ਼ਤਰ ਤੋਂ ਬਾਹਰ ਆ ਗਏ। ਧੰਨਵਾਦ।